हाँ जी, सत श्री अकाल सारिआं नूं। ਇਹ ਹੈ ਰਾਮੂ ਨਰਸਰੀ ਹੁਸ਼ਿਆਰਪੁਰ, ਅਤੇ ਇਹ ਹੈ ਨਰਸਰੀ ਦਾ ਓਨਰ। ਇਹ ਹੈ KDM ਹੋਸਪਿਟਲ ਦੇ ਬਿਲਕੁਲ ਫਰੰਟ 'ਤੇ ਆ ਰਾਮੂ ਨਰਸਰੀ ਹੁਸ਼ਿਆਰਪੁਰ। ਅਤੇ ਅੱਜ ਮੈਂ ਬਹੁਤ ਖੁਸ਼ ਹਾਂ ਕਿਉਂਕਿ ਇਹ ਵੀਡੀਓ ਜਿਹੜੀ ਹੈ ਇਹ ਮੇਰੇ ਹਸਬੈਂਡ ਨੇ ਬਣਾਈ ਆ। ਉਹ ਗਏ ਹੋਏ ਸੀ ਹੁਸ਼ਿਆਰਪੁਰ ਅਤੇ ਅਸੀਂ ਫਿਰ ਵਿਜ਼ਿਟ ਕੀਤਾ ਇੱਥੇ ਨਰਸਰੀ। ਰੀਲੀਆ ਆ, ਰਬਰ ਪਲਾਂਟ, ਫਰਨ ਆ, ਇਹ ਵੀ ਰੀਲੀਆ ਆ, ਕਲੈਂਚੋ ਪਏ ਹੋਏ ਆ, ਡਰੈਸੀਨਾ, ਕਰੋਟੋਨ, ਫਿਰ ਇੱਥੇ ਵੀ ਡਰੈਸੀਨਾ ਦੀ ਵਰਾਇਟੀ ਆ। ਇਹ ਰੋਜ਼ਿਸ ਨੇ, ਐਗਜ਼ੋਰਾ, ਟੇਬਲ ਕਾਮਨੀ, ਇਹ ਸਾਰੇ ਸ਼ਫਲੇਰ ਆਇਆ। ਕਾਫੀ ਬੜੀ ਨਰਸਰੀ ਆ। ਇਹ ਸਿਰਫ ਇਹ ਸਾਈਡ ਆ ਜਿੱਥੇ ਇਹ ਸੈਲ ਕਰਦੇ ਆ, ਦੂਸਰੀ ਸਾਈਡ ਜਿੱਥੇ ਕਟਿੰਗ ਵਗੈਰਾ ਤਿਆਰ ਕਰਦੇ ਆ, ਆਪਣੇ ਪਲਾਂਟਸ ਰੈਡੀ ਕਰਦੇ ਆ, ਉਹ ਵੀ ਹੈ, ਕਾਫੀ ਬੜੀ ਹੈ। ਇਹ ਹੈ ਡੰਪਕੇਨ, ਕਰੋਟਨ ਦੀ ਕਾਫੀ ਵਰਾਇਟੀ ਹੈ ਇੱਥੇ। ਇਹ ਛੋਟੇ ਵਾਲੇ ਡੰਪਕੇਨ ਆ, ਇੱਥੇ ਤੁਹਾਨੂੰ ਕਾਫੀ ਸਕੂਲੈਂਟ ਦੀ ਵਰਾਇਟੀ ਵੀ ਕਾਫੀ ਮਿਲ ਜਾਏਗੀ। ਕਰੋਟੋਨ ਆ, ਪਾਮਸ ਦੀ ਪਈ ਹੋਏ ਆ, ਮਿੱਟੀ ਦੇ ਗਮਲੇ, ਪਲਾਸਟਿਕ ਦੇ ਗਮਲੇ, ਸਾਰੇ ਤੁਹਾਨੂੰ ਮਿਲ ਜਾਣਗੇ। ਅਤੇ ਇੱਕ ਇਹ ਉਹ ਮੇਰੇ ਲਈ ਇਹ ਲੈ ਕੇ ਆਏ ਆ, ਮੈਨੂੰ ਫੰਜੀਸਾਈਡ ਦੀ ਲੋੜ ਸੀ, ਇੱਕ ਇਹ ਲੈ ਕੇ ਆਇਆ ਟੱਚ ਸਟੋਨ। ਇਹ ਹੈ 60 ਦਾ ਪਿਆ ਆ, ਸਿਸਟਮਿਕ ਅਤੇ ਕੰਟੈਕਟ ਫੰਜੀਸਾਈਡ ਹੈ। ਮਿੱਟੀ ਦਾ ਲਿਖਿਆ ਹੋਇਆ, ਬਟ ਇਹ 60 ਦੀ ਪੈਕਿੰਗ ਮਿਲ ਗਈ ਹੈ ਅਤੇ ਮੈਂ ਓਪਨ ਕਰ ਲਿਆ ਕਿਉਂਕਿ ਮੈਨੂੰ ਇਹਦੀ ਲੋੜ ਸੀ। ਅਤੇ ਇੱਕ ਮੈਂ ਮੰਗਵਾਇਆ ਸੀ ਇਹ ਮੈਗਨੀਸ਼ੀਅਮ ਸਲਫੇਟ ਐਪਸਮ ਸੋਲਟ, ਬਟ ਉਹਨੇ ਦੇਤਾ ਇਹ ਮੈਗਨੀਜ ਸਲਫੇਟ। ਅਤੇ ਵਾਪਸ ਕਰਨ ਦੇ ਪਹਿਲਾਂ ਮੈਂ ਚੈੱਕ ਕੀਤਾ ਕਿ ਇਹ ਮੈਂ ਯੂਜ਼ ਕਰ ਸਕਦੀ ਹਾਂ ਕਿਸੇ ਚੀਜ਼ 'ਚ। ਅਤੇ ਫਿਰ ਜਦੋਂ ਮੈਂ ਯੂਟਿਊਬ 'ਤੇ ਜਾਂ ਗੂਗਲ 'ਤੇ ਸਰਚ ਮਾਰੀ ਅਤੇ ਮੈਂ ਦੇਖਿਆ ਕਿ ਇਹ ਪਾਮਸ ਦੀ ਜਿਹੜੀ ਟ੍ਰੀ ਪਾਮਸ ਦੀ ਵਰਾਇਟੀ ਹੈ ਸਾਡੇ ਕੋਲ ਸਾਰੀ, ਅਰੀਕਾ ਪਾਮ ਵਗੈਰਾ, ਉਹਦੇ ਵਿੱਚ ਇਹ ਯੂਜ਼ ਹੋ ਸਕਦਾ, ਫੋਲੀਅਰ ਸਪਰੇਅ ਦੇ ਤੌਰ 'ਤੇ ਵੀ ਹੋ ਸਕਦਾ ਅਤੇ ਅਸੀਂ ਡਾਇਰੈਕਟ ਸੋਇਲ ਵਿੱਚ ਵੀ ਪਾ ਸਕਦੇ ਹਾਂ। ਇਹ 1 kg ਦੀ ਪੈਕਿੰਗ ਆ ਅਤੇ 90 ਦੀ ਇਹ ਪਈ ਆ। ਮੈਂ ਪਹਿਲਾਂ ਤਾਂ ਇਹ ਪਾਮ ਟ੍ਰੀ 'ਤੇ ਹੀ ਇਹਦਾ ਯੂਜ਼ ਕਰਾਂਗੀ ਕਿਉਂਕਿ ਮੋਸਟਲੀ ਰਿਕਮੈਂਡਡ ਇਹੀ ਸੀਗਾ ਕਿ ਇਹ ਪਾਮ ਟ੍ਰੀ ਲਈ ਅਸੀਂ ਯੂਜ਼ ਕਰ ਸਕਦੇ ਹਾਂ, ਫਰੂਟਸ ਲਈ ਯੂਜ਼ ਕਰ ਸਕਦੇ ਹਾਂ ਜਿਹੜੇ ਫਰੂਟਸ ਦੇ ਪਲਾਂਟ ਆ ਸਾਡੇ ਤੋਂ। ਅਤੇ ਹੈ ਸ਼ਾਈਨ ਸਟਾਰ, ਇਹ ਮੈਂ ਯੂਜ਼ ਕਰਨਾ ਆ ਲਾਈਕ ਆਪਣੀ ਕੀੜੀਆਂ ਵਗੈਰਾ ਹੋ ਜਾਂਦੀਆਂ ਆ, ਮੱਛਰ ਹੈ ਨਾ ਪੱਤਿਆਂ ਦੇ ਉੱਤੇ ਬਹਿੰਦਾ ਆ, ਉਹਦੇ ਲਈ ਫੋਲੀਅਰ ਸਪਰੇਅ ਲਈ ਇਹ ਯੂਜ਼ ਹੁੰਦਾ ਹੈ। ਪਹਿਲਾਂ ਹੋਰ ਨੇਮ ਨਾ ਆਉਂਦਾ ਸੀ ਅਤੇ ਹੁਣ ਇਹ ਇਸ ਨੇਮ ਨਾਲ ਆਉਣ ਲੱਗ ਪਿਆ ਆ। ਅਤੇ ਨੈਕਸਟ ਹੈ ਰਸਡੋਲ, ਇਹ ਹੈਗਾ ਆ ਆਪਾਂ ਜਿਹਨੂੰ DD ਪਾਊਡਰ ਕਹਿ ਦਿੰਦੇ ਹਾਂ, ਇਹ ਉਹ ਆ ਮੇਰੀ ਮਨੀ ਪਲਾਂਟ ਦੀ ਮਿੱਟੀ ਦੇ ਵਿੱਚ ਕੀੜੀਆਂ ਆ ਰਹੀਆਂ ਸੀ ਅਤੇ ਉਸ ਲਈ ਇਹ ਮੰਗਵਾ ਲਿਆ, ਮੈਂ ਵੱਡੀ ਪੈਕਿੰਗ ਹੀ ਮੰਗਾ ਲਈ, ਮੈਨੂੰ ਪਤਾ ਨਹੀਂ ਇਹਦਾ ਪ੍ਰਾਈਸ ਕੀ ਆ। ਅਤੇ ਨੈਕਸਟ ਮੇਰੇ ਲਈ ਆਏ ਨੇ ਇਹ ਪੋਟ, ਉਹਨਾਂ ਨੂੰ ਪਤਾ ਸੀ ਕਿ ਮੇਰੇ ਤੋਂ ਹੁਣ ਪੋਟ ਦੀ ਕਲੈਕਸ਼ਨ ਥੋੜ੍ਹੀ ਆ ਅਤੇ ਜਦੋਂ ਉੱਥੇ ਰਾਮੂ ਨਰਸਰੀ ਗਏ ਉੱਥੋਂ ਪੋਟ ਲੈ ਕੇ ਆਏ ਆ। ਇਹ ਹੈ 4 ਇੰਚ ਦਾ, ਇਹ 10 ਰੁਪੀਸ ਦੇ ਪਏ ਆ, 10 ਇਹ ਆ। ਅਤੇ ਉਸ ਤੋਂ ਬਾਅਦ ਇਹ ਹੈ 5 ਇੰਚ ਦਾ, ਇਹ 15 ਦਾ ਆਇਆ ਆ। ਅਤੇ ਉਸ ਤੋਂ ਬਾਅਦ ਇਹ ਆ 8 ਇੰਚ ਦਾ ਹੀ ਆ, ਇਹ 8 ਇੰਚ ਦਾ, ਇਹ ਹੈ 30 ਦੀ, ਇਹ 6 ਆ ਮੇਰੇ ਕੋਲ।
ਅਤੇ ਨੈਕਸਟ ਇਹ ਜਿਹੜੇ ਛੋਟੇ ਵਾਲੇ ਆ ਇਹ ਤਾਂ ਮੈਂ ਖੁਦ ਹੀ ਲੈ ਕੇ ਆਈ ਸੀਗੀ ਪਾਈਪ, ਮੈਂ ਇੱਦਾਂ ਸੈਟਿੰਗ ਕਰਕੇ ਰੱਖ ਰਹੀ ਸੀ ਅਤੇ ਮੈਂ ਹੱਸਣ ਡਏ ਸੀਗੇ ਕਿ ਕੀ ਕਰਦੀ ਫਿਰਦੀ ਹੈ ਇਹ। ਅਤੇ ਮੈਨੂੰ ਹੁਣ ਫੈਮਿਲੀ ਵਿੱਚ ਇਹ ਵੀ ਸਾਰੇ ਕਹਿੰਦੇ ਆ ਕਿਉਂਕਿ ਸਾਡੀ ਹੈਗੀ ਹੈਗਾ ਖੇਤੀ ਦਾ ਕੰਮ ਆ ਨਾ, ਫਾਰਮਿੰਗ ਦਾ ਕੰਮ ਆ, ਅਤੇ ਹੱਸਦੇ ਸੀ ਕਿ ਜਿੰਨੇ ਕੈਮੀਕਲ ਜਾਂ ਜਿੰਨੇ ਫਰਟੀਲਾਈਜ਼ਰ ਤੇਰੇ ਕੋਲ ਉਹਨਾਂ ਦਾ ਅਸੀਂ ਖੇਤੀ ਲਈ ਨਹੀਂ ਯੂਜ਼ ਕਰਦੇ। ਵੀ ਆਈ ਥਿੰਕ ਅਡਿਕਸ਼ਨ ਹੀ ਹੋ ਜਾਂਦੀ ਆ ਗਾਰਡਨਿੰਗ ਦੀ ਵੀ। ਮੇਰੀ ਬੇਟੀ ਅੱਜ ਸਹਿਜ ਉਹ ਕਹਿ ਦਿੰਦੀ ਆ, ਮੰਮਾ ਤੁਸੀਂ ਆਪਣੇ ਬੂਟੇ ਖਾ ਲਓ। ਮੈਨੂੰ ਦੱਸਣਾ ਤੁਹਾਨੂੰ ਸ਼ੋਪਿੰਗ ਕਿੱਦਾਂ ਦੀ ਲੱਗੀ ਬਾਏ ਮਾਈ ਹਸਬੈਂਡ।